ਜਿਹੜੇ ਸਟੂਡੈਂਟਸ ਇਸ ਵਾਰੀ ਪ੍ਰੀ ਦੇ ਵਿੱਚ ਅਪੀਅਰ ਹੋਣ ਜਾ ਰਹੇ ਐ ਉਹਨਾਂ ਕੋਲੇ ਲਗਭਗ ਆਪਾਂ ਕਹਿ ਦਈਏ 2 ਮਹੀਨੇ ਦਾ ਟਾਈਮ ਰਹਿ ਗਿਆ ਮਾਰਚ ਦਾ ਮਹੀਨਾ ਖਤਮ ਹੋਣ ਜਾ ਰਿਹਾ ਹੈ April ਦਾ ਮਹੀਨਾ ਔਰ 28 ਮਈ ਨੂੰ ਤੁਹਾਡਾ ਐਗਜ਼ਾਮ ਹੈ ਇਹ ਉਹ ਸਮਾਂ ਜਦੋਂ ਨਾ ਚਾਹੁੰਦੇ ਆ ਵੀ ਕਿਉਂਕਿ ਅਸੀਂ ਹਿਊਮਨ ਬੀਇੰਗਸ ਆ ਨਾ ਚਾਹੁੰਦੇ ਆ ਵੀ ਬਹੁਤ ਸਾਰੇ ਪ੍ਰੈਸ਼ਰਸ ਆਉਂਦੇ ਐ ਬਹੁਤ ਸਟ्रेस ਹੁੰਦੀ ਐ ਰਾਤਾਂ ਦੀ ਨੀਂਦ ਉੱਡਦੀ ਐ ਤੇ ਬੜਾ ਸਾਰਾ ਸਿਲੇਬਸ ਆ ਜਿਹੜਾ ਉਹਦੀ ਰਿਵੀਜ਼ਨ ਪਈ ਹੁੰਦੀ ਹੈ ਜਦੋਂ ਤੁਸੀਂ ਟੈਸਟ ਕਰਦੇ ਹੋ ਤਾਂ ਉਸ ਵੇਲੇ ਤੁਹਾਡਾ ਸਕੋਰ ਫਲੈਕਚੂਏਟ ਕਰ ਰਿਹਾ ਹੁੰਦਾ ਤਾਂ ਉਹ ਬੜੀ ਸਾਰੀ ਸਟ्रेस ਦਿੰਦਾ ਸਭ ਤੋਂ ਪਹਿਲਾ ਪੁਆਇੰਟ ਤਾਂ ਇਹ ਆ ਕਿ ਇਹਨਾਂ ਚੀਜ਼ਾਂ ਨੂੰ ਐਕਸੈਪਟ ਕਰ ਲਓ ਇਹ ਨਾਲ ਨਾਲ ਚੱਲਣ ਗਈਆਂ ਔਰ ਆਪਣੇ ਆਪ ਨੂੰ ਕੋਸ਼ਿਸ਼ ਇਹ ਕਰੋ ਕਿ ਰਿਲੈਕਸ ਰੱਖੋ ਰਿਲੈਕਸ ਰੱਖਣ ਦਾ ਢੰਗ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਿੰਨਾ ਖਾਸ ਤੌਰ ਤੇ ਜਿਹੜੇ ਲਿਟਰੇਚਰ ਦੇ ਸਟੂਡੈਂਟਸ ਨੇ ਜਿਨ੍ਹਾਂ ਨੇ ਲਿਟਰੇਚਰ ਕੀਤਾ ਜਾਂ ਜਿਨ੍ਹਾਂ ਨੇ ਇਸ ਪ੍ਰੀ ਐਗਜ਼ਾਮ ਦੇਣ ਤੋਂ ਬਾਅਦ ਲਿਟਰੇਚਰ ਕਰਨਾ ਇਹ ਦੋਨਾਂ ਵਾਸਤੇ ਕਾਰਗਰ ਤਰੀਕਾ ਹੈਗਾ ਕਿ ਤੁਸੀਂ ਕੋਈ ਵੀ ਜਿਵੇਂ ਸਾਡੇ ਕੋਲੇ ਸਿਲੇਬਸ ਦੇ ਵਿੱਚ ਜਪਜੀ ਸਾਹਿਬ ਦਾ ਸਟੇਕ ਹੈਗਾ ਸ਼ੇਖ ਫਰੀਦ ਜੀ ਦੀ ਬਾਣੀ ਹੈ ਜਦੋਂ ਵੀ ਕੋਈ ਸਟ्रेस ਆਉਂਦੀ ਹੈ ਤਾਂ 10 15 ਮਿੰਟ ਦੇ ਲਈ ਕੋਈ ਵੀ ਸਟਿੱਕ ਚੱਕ ਕੇ ਉਹਨੂੰ ਪੜੋ ਉਹਦੇ ਅਰਥ ਨੇ ਜਿਹੜੇ ਉਹਨਾਂ ਨੂੰ ਸਮਝੋ ਉਹ ਚੀਜ਼ਾਂ ਨੇ ਜਿਹੜੀਆਂ ਬਹੁਤ ਤੁਹਾਨੂੰ ਇੱਕ ਰਿਲੀਫ ਦੇਣਗੀਆਂ ਕਿਉਂਕਿ ਭਾਵੇਂ ਅਸੀਂ ਉਹਨਾਂ ਨੂੰ ਕਹਿ ਦਈਏ ਧਾਰਮਿਕ ਗੁਰੂ ਸੀਗੇ ਗੁਰੂ ਨਾਨਕ ਦੇਵ ਜੀ ਸ਼ੇਖ ਫਰੀਦ ਜੀ ਪਰ ਉਹ ਸਕਾਲਰ ਸੀਗੇ ਉਹ ਮੈਂਟਲਿਸਟ ਸੀਗੇ ਉਹੋ ਸਾਈਕੋਲੋজিস্ট ਵੀ ਸੀਗੇ ਤਾਂ ਉਹਨਾਂ ਦੀ ਜਦੋਂ ਬਾਣੀ ਨੂੰ ਤੁਸੀਂ ਸਮਝੋਗੇ ਉਹਦੇ ਗਹਿਰਾਈ 'ਚ ਜਾਓਗੇ ਤੁਹਾਡਾ ਸਿਲੇਬਸ ਵੀ ਹੁੰਦਾ ਜਾਏਗਾ ਔਰ ਤੁਸੀਂ ਉੱਥੇ ਇੱਕ ਰਿਲੈਕਸੇਸ਼ਨ ਵੀ ਫੀਲ ਕਰੋਗੇ ਬਹੁਤ ਜ਼ਿਆਦਾ ਔਰ ਤੁਹਾਡੀ ਜਿਹੜੀ ਆਉਟਪੁੱਟ ਆ ਉਹ ਵੀ ਵਧੇਗੀ ਬਾਕੀ ਵਾਰ-ਵਾਰ ਮੈਂ ਇੱਕ ਚੀਜ਼ ਕਹਿੰਨਾ ਕਿ ਫਿਜ਼ੀਕਲ ਐਕਟੀਵਿਟੀਆਂ ਨੇ ਜਿਹੜੀਆਂ ਥੋੜਾ ਜਿਹਾ ਟਾਈਮ ਦਿਨ ਦੇ ਵਿੱਚ ਜ਼ਰੂਰ ਖੇਡੋ ਜਾਂ ਕੋਈ ਐਕਸਰਸਾਈਜ਼ ਕਰੋ ਸੋ ਇਸ ਚੀਜ਼ ਨੂੰ ਜ਼ਰੂਰ ਆਪਣੇ ਨਾਲ-ਨਾਲ ਆਪਣੀ ਤਿਆਰੀ ਦੇ ਨਾਲ-ਨਾਲ ਰੱਖੋ ਥੈਂਕ ਯੂ ਵੈਰੀ ਮੱਚ ਆਲ دی ਵੈਰੀ ਬੈਸਟ